ਜਿਵੇਂ ਕਿ ਬੈਕਲੌਗ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਉਸਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਬਾਰੇ ਦਾਵਾ ਲਗਾਤਾਰ ਕੀਤਾ ਜਾ ਰਿਹਾ ਹੈ। ਪਰ ਸਾਲ 2020 ਦੀਆਂ ਕਈ ਫਾਈਲਾਂ ਨੇ ਜਿਸ ਵਿੱਚ ਖਾਸ ਤੌਰ ਦੇ ਜੋ ਕੇਅਰ ਗਿਵਰ ਨੇ ਉਹਨਾਂ ਦੀਆਂ ਫਾਈਲਾਂ ਨੇ, ਉਸ ਬਾਰੇ ਪਾਰਲੀਮੈਂਟ ਦੇ ਵਿੱਚ ਵੀ ਕਈ ਵਾਰ ਸਵਾਲ ਚੁੱਕੇ ਗਏ ਨੇ, ਤਾਂ ਉਸਦੇ ਬਾਰੇ ਤੁਸੀਂ ਦੱਸ ਦਿਓ ਕਿ ਜਿਹੜੇ ਅਰਜ਼ੀ ਧਾਰਕ ਨੇ ਉਹ ਕਾਫੀ ਪਰੇਸ਼ਾਨ ਨੇ, ਕਿ ਜਿਨ੍ਹਾਂ ਨੇ ਇੱਥੋਂ ਵੀ ਸਪਾਂਸਰ ਕੀਤਾ ਹੋਇਆ ਹੈ ਉਹਨਾਂ ਦੇ ਵੀ, ਜੇ ਉਹਨਾਂ ਦੇ ਵੱਲੋਂ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਦੇਖੋ ਕਾਫੀ ਚੈਲੰਜਿੰਗ ਹੈ। ਮੈਂ ਪਹਿਲਾਂ ਜਦੋਂ ਇਲੈਕਟ ਹੋਇਆ ਸੀ ਉਦੋਂ ਵੀ ਮੈਂ ਨੈਨੀਜ਼ ਅਤੇ ਕੇਅਰ ਗਿਵਰਸ ਦੀ ਮਸਲਾ ਚੱਕਿਆ ਸੀਗਾ, ਔਰ ਉਦੋਂ ਮੇਰੇ ਰਾਈਡਿੰਗ ਦੇ ਵਿੱਚ 40-50 ਜਣੀਆਂ ਸੀਗੀਆਂ, ਮੋਸਟਲੀ ਫੀਮੇਲ ਸੀਗੀਆਂ ਸਾਰੀਆਂ, ਜਿਨ੍ਹਾਂ ਦੇ ਮਦਦ ਅਸੀਂ ਕੀਤੀ, ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਸਪਾਊਸਿਸ ਲਿਆਉਂਦੇ ਸੀਗੇ ਇਨ ਦ ਮੀਨ ਟਾਈਮ, ਅਤੇ ਵਿਦ ਇਨ 2 ਸਾਲ ਉਹਨਾਂ ਦੇ ਸਾਰੇ ਤਕਰੀਬਨ PR ਰਿਕੁਐਸਟ ਵੀ ਜਿਹੜੀਆਂ ਪੂਰੀਆਂ ਹੋ ਗਈਆਂ ਸੀ। ਸੋ ਅਗੇਨ ਓਵਰਲੋਡ ਬਹੁਤ ਹੈ ਸਾਰੇ ਸਿਸਟਮ 'ਤੇ, ਇਸ ਕਰਕੇ ਉਹਨਾਂ ਦੇ ਉੱਤੇ ਵੀ ਕਾਫੀ ਹੈਗਾ, ਔਰ ਅਨਫੋਰਚੁਨੇਟਲੀ ਉਹਨਾਂ ਦੀ ਟਾਈਮ ਲਾਈਨ ਹੈ ਜ਼ਿਆਦਾ ਵੇਗ ਹੈਗੀ, ਜ਼ਿਆਦਾ ਗ੍ਰੇ ਏਰੀਆ ਦੇ ਵਿੱਚ ਹੈਗੀ ਹੈ, ਔਰ ਅਸੀਂ ਆਈ ਥਿੰਕ ਮਾਰਕ ਮਿਲਰ ਜਿਹੜੇ ਨਵੇਂ ਮਿਨਿਸਟਰ ਆ ਉਹ ਟਰਾਈ ਕਰ ਰਹੇ ਉਹਨਾਂ ਨੂੰ ਜਲਦੀ ਤੋਂ ਜਲਦੀ ਪ੍ਰੋਸੈਸ ਕਰਨ ਵਾਸਤੇ, ਔਰ ਪਤਾ ਕਿ ਜਿਹਨਾਂ ਨੂੰ ਚਾਹੀਦੇ ਕੇਅਰ ਗਿਵਰ ਉਹਨਾਂ ਵਾਸਤੇ ਵੀ ਦਿੱਕਤ ਆ ਰਹੀ, ਔਰ ਜਿਹੜੀਆਂ ਉੱਥੇ ਔਲਰੇਡੀ ਆਏ ਆ ਕੇਅਰ ਗਿਵਰਸ ਉਹਨਾਂ ਨੂੰ ਆਪਣਾ ਗਾਂ PR ਲੈਣ ਵਾਸਤੇ ਵੀ ਕਾਫੀ ਚੈਲੰਜ ਹੁੰਦਾ। ਸੋ ਕਾਫੀ ਉੱਤੇ ਯਤਨ ਕੀਤਾ ਜਾ ਰਿਹਾ, ਲਿਟਲ ਬਿਟ ਆ ਜਿਹੜਾ ਖਾਸ ਕਰਕੇ ਇੰਡੀਆ ਤੋਂ ਜਿਹੜਾ ਹੋਇਆ ਇਹਦੇ ਕਰਕੇ ਥੋੜ੍ਹਾ ਪ੍ਰੋਸੈਸਿੰਗ 'ਚ ਵੀ ਡਿਲੇ ਹੋ ਗਈ, ਪਰ ਆਈ ਥਿੰਕ ਪੂਰੀ ਆਸ ਹੈਗੀ ਕਿ ਅਸੀਂ ਕੁਇਕਲੀ ਟੂ ਕੁਇਕਲੀ ਇਹਨਾਂ ਨੂੰ ਜਿੰਨੇ ਉਹਦੇ ਸਪੋਟ ਸਾਲ ਦੇ ਹੈਗੇ ਆ ਉਹਦੇ ਮੁਤਾਬਕ ਅਨੁਸਾਰ ਇਹ ਫਿਲ ਕਰੀਏ, ਤਾਂ ਕਿ ਲਿਵ ਇਨ ਕੇਅਰ ਗਿਵਰਾਂ ਨੂੰ ਵੀ ਸੇਮ ਟ੍ਰੀਟਮੈਂਟ ਬਾਕੀਆਂ ਨੂੰ ਮਿਲੇ।